ਉਧਰ ਬਠਿੰਡਾ ਦੇ ਸੁਵਿਧਾ ਕੇਂਦਰ ਦੀ ਗੱਲ ਕਰ ਲੈਂਦੇ ਹਾਂ, ਜਿੱਥੇ ਫੀਸ ਦੀ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ। ਘਰਾਂ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੇ ਫਾਰਮ ਇੱਥੇ ਦਿੱਤੇ ਜਾ ਰਹੇ ਸਨ, ਪਰ ਫੀਸ ਦੀ ਹੇਰਾਫੇਰੀ ਦਾ ਇਹ ਪੂਰਾ ਮਾਮਲਾ ਇਸ ਰਿਪੋਰਟ 'ਚ ਵੇਖਦੇ ਹਾਂ। ਸੁਵਿਧਾ ਕੇਂਦਰ ਜਾਂ ਸੁਵਿਧਾ ਕੇਂਦਰ, ਇਹ ਤਸਵੀਰਾਂ ਇਹੀ ਬਿਆਨ ਰਹੀਆਂ। ਇੰਨੀ ਗਰਮੀ, ਫਾਰਮ ਲੈਣੇ ਵੀ ਜ਼ਰੂਰੀ, ਜਿੱਥੋਂ ਫੀਸ ਵੀ ਵੱਧ ਵਸੂਲੀ ਜਾ ਰਹੀ। ਇਹ ਹਾਲ ਨੇ ਬਠਿੰਡਾ ਦੇ ਸੁਵਿਧਾ ਕੇਂਦਰ ਦੇ, ਜਿੱਥੇ ਘਰਾਂ ਦੇ ਵਿੱਚ ਕੰਮਕਾਰ ਕਰਨ ਵਾਲੀਆਂ ਔਰਤਾਂ ਦੀ ਰਜਿਸਟ੍ਰੇਸ਼ਨ ਲਈ ਫਾਰਮ ਦਿੱਤੇ ਜਾ ਰਹੇ ਸੀ। ਕਈ ਔਰਤਾਂ ਇੱਥੇ ਆਪਣੇ ਨਾਲ ਨਿੱਕੇ ਨਿਆਣੇ ਵੀ ਲੈ ਕੇ ਬੈਠੀਆਂ ਸਨ। ਪ੍ਰਬੰਧ ਤਾਂ ਨਾਕਸ ਸਨ ਨਹੀਂ, ਤੇ ਨਾਲ ਹੀ ਵੱਧ ਫੀਸ ਵਸੂਲੇ ਜਾਣ ਕਾਰਨ ਵੀ ਲੋਕਾਂ ਦੇ ਵਿੱਚ ਗੁੱਸਾ ਪਾਇਆ ਗਿਆ। ਰਜਿਸਟ੍ਰੇਸ਼ਨ ਲਈ ਸੈਂਕੜੇ ਔਰਤਾਂ ਇੱਥੇ ਪੁੱਜੀਆਂ ਸਨ, ਜੋ ਆਪਣੀ ਵਾਰੀ ਉਡੀਕਦੀਆਂ ਰਹੀਆਂ। ਮੌਕੇ ਤੇ ਮੌਜੂਦ ਲੋਕਾਂ ਨੇ ਆਖਿਆ, ਕਿਸੇ ਤੋਂ 10, ਕਿਸੇ ਤੋਂ 20 ਤੇ ਕਿਸੇ ਤੋਂ 30 ਰੁਪਏ ਵਸੂਲੇ ਜਾ ਰਹੇ ਨੇ, ਜਿਸ ਦੀ ਕਿਸੇ ਨੂੰ ਰਸੀਦ ਦਿੱਤੀ ਜਾ ਰਹੀ ਹੈ ਅਤੇ ਕਿਸੇ ਨੂੰ ਨਹੀਂ। ਜਦੋਂ ਅਸੀਂ ਫਾਰਮ ਲਿਆ, ਅਸੀਂ ਕਿਹਾ ਵੀ ਇੱਕ ਫਾਰਮ ਦੇ ਦਿਓ, ਕਹਿੰਦੇ 10 ਰੁਪਏ ਦਾ। ਅਸੀਂ ਕਿਹਾ ਜੀ 2 ਦੇ ਦਿਓ, ਕਹਿੰਦਾ ਜੀ ਚਲੋ 2 ਹੀ ਦੱਸਾਂਗੇ, ਲੈ ਜਾਓ। ਮੈਂ 10 ਰੁਪਏ ਦੇਣ ਤੋਂ ਬਾਅਦ ਜਦੋਂ ਉਹਨੂੰ ਕਿਹਾ ਵੀ ਰਸੀਦ ਦੇ ਦਿਓ, ਫਿਰ ਬਾਅਦ 'ਚ ਕਹਿੰਦਾ ਜੀ ਤੁਸੀਂ ਫਾਰਮ ਭਰਾਉਣਾ ਵਾ। ਮੈਂ ਕਿਹਾ ਵੀ ਭਰਾਉਣ ਦੀ ਤਾਂ ਗੱਲ ਹੀ ਨਹੀਂ ਹੋਈ। ਫਿਰ ਕਹਿੰਦਾ ਜੀ 2 ਰੁਪਏ ਦੇ ਦਿਓ, ਜਦੋਂ ਮੈਂ ਰਸੀਦ ਮੰਗ ਲਈ ਫਿਰ 2 ਰੁਪਏ ਲੈ ਗਏ। ਮਤਲਬ ਬਹੁਤ ਵੱਡੀ ਲੁੱਟ ਆ, ਸਾਰੇ ਲੋਕਾਂ ਨੂੰ ਜਿੰਨਿਆਂ ਨੂੰ ਫਾਰਮ ਵੇਚ ਰਹੇ ਆ 10-10 ਰੁਪਏ ਦਾ ਵੇਚ ਰਹੇ ਆ। ਬਹੁਤ ਵੱਡੀ ਲੋਕ ਆ, ਪਤਾ ਨਹੀਂ ਪੈਸੇ ਆਉਣੇ ਕਿ ਨਹੀਂ ਆਉਣੇ, ਬੜੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ। ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਦੇ ਨਾਲ ਜਦ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੋਈ ਤਸੱਲੀ ਬਖਸ਼ ਉੱਤਰ ਨਹੀਂ ਦਿੱਤਾ। ਨਹੀਂ, ਕਿਸੇ ਕੋਈ ਰਿਕਾਰਡ ਹੈ ਬਾਈ ਜੀ, 20 ਰੁਪਏ ਲੈ ਰਹੇ ਆ ਜੀ, ਰਸੀਦ ਦੇ ਰਹੇ ਆ ਨਾਲ, ਉਹਨਾਂ ਦੀ ਰਸੀਦ ਕੱਟਣ ਵਾਲੀ ਰਹਿੰਦੀ ਹੈ ਜੀ। ਲੋਕਾਂ ਨੂੰ ਸਹੂਲਤਾਂ ਕਿਉਂ ਨੇ, ਫੀਸ ਵਿੱਚ ਕਿੱਥੇ ਗੜਬੜ ਹੈ, ਅਸਲ ਮਾਜਰਾ ਕੀ ਹੈ, ਇਹ ਸਭ ਜਾਂਚ ਦਾ ਵਿਸ਼ਾ ਹੈ। ਬਠਿੰਡਾ ਤੋਂ ਅਮਨਦੀਪ ਗੋਸਲ ਦੇ ਨਾਲ ਬਿਊਰੋ ਰਿਪੋਰਟ, ਇੰਡੀਆ ਨਿਊਜ਼, ਪੰਜਾਬ।